ਅਸਲਾਮ ਅਲੈਕਮ। ਹਾਂਜੀ ਦੋਸਤੋ, ਇੱਕ ਦਫਾ ਫੇਰ ਵੀਡੀਓ ਚ ਸ਼ਾਮਲ ਹੋਣੇ ਸਾਡੇ ਨਾਲ। ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ UAE ਦੇ ਵਿੱਚ ਮਿੱਟੀ ਦੇ ਭਾਂਡੇ ਕਿੱਥੇ ਬਣਦੇ ਨੇ। ਅਸੀਂ ਫੁਜੇਰਾ ਮਸਾਫੀ ਵਾਲੀ ਏਰੀਆ 'ਚ ਅੱਜ ਜ਼ਰਾ ਘੁੰਮਣ ਫਿਰਨ ਵਾਸਤੇ ਆਏ ਸੀ ਔਰ ਅਚਾਨਕ ਸਾਡੀ ਇੱਥੇ ਨਜ਼ਰ ਪਈ ਹੈ। ਆਓ ਦੋਸਤਾਂ ਨੂੰ ਖਾਂਦੇ ਹਾਂ ਮਿੱਟੀ ਦੇ ਭਾਂਡੇ ਬਣਦੇ ਹੋਏ। ਬਹੁਤ ਜ਼ਿਆਦਾ ਵਰਾਇਟੀ ਹੈ, ਛੋਟੇ ਵੱਡੇ ਡਿਫਰੈਂਟ ਵਰਾਇਟੀਜ਼ ਦੇ, ਅਰੇਬਿਕ ਸਟਾਈਲ, ਪਾਕਿਸਤਾਨੀ ਸਟਾਈਲ, ਹਰ ਤਰ੍ਹਾਂ ਦੇ ਭਾਂਡੇ, ਛੋਟੀਆਂ ਛੋਟੀਆਂ ਹਾਂਡੀਆਂ, ਵੱਡੀਆਂ ਹਾਂਡੀਆਂ, ਕਾਪੂ ਵੀ ਇੱਥੇ ਹੈ ਨੇ ਚਾਹ ਸ਼ਾਹ ਪੀਣ ਵਾਸਤੇ, ਵੱਡੇ ਵੱਡੇ ਮੱਗੇ ਸਪੈਸ਼ਲੀ ਲੇਡੀਜ਼ ਵਾਸਤੇ, ਵੱਡੇ ਮੱਗੇ ਚਾਹ ਵਾਲੇ ਉਹ ਵੀ ਅਵੇਲੇਬਲ ਨੇ, ਅਤੇ ਝਾਵੇਂ ਵੀ ਅਵੇਲੇਬਲ ਨੇ, ਕਿਸੇ ਨੇ ਪੈਰ ਪੂਰ ਮੰਨ ਲਿਆ ਝਾਵੇਂ ਵੀ ਅਵੇਲੇਬਲ ਨੇ, ਕੋਈ ਅੱਡੀਆਂ ਉੱਡੀਆਂ ਰਗੜਨੀਆਂ ਉਹਨਾਂ ਆਉਂਦੇ ਆ, ਬਦਾਮ ਰਗੜਨ ਵਾਸਤੇ ਅਤੇ ਬਦਾਮ ਰਗੜਨ ਵਾਸਤੇ ਵੀ ਸਾਡੇ ਕੋਲ ਡੰਡੇ ਵੀ ਆਏ ਨੇ ਅਤੇ ਡੋਰੇ ਵੀ ਆਏ ਨੇ ਔਰ ਡਿਫਰੈਂਟ ਸਟਾਈਲ ਦੇ, ਇਹ ਦੇਖੋ ਡਿਫਰੈਂਟ ਸਟਾਈਲ ਦੇ, ਕਿਸੇ ਨੇ ਫੱਕੀ ਫੁੱਕੀ ਕੋਈ ਰਗੜਨੀ ਹੋਵੇ, ਕੋਈ ਦੇਸੀ ਦਵਾਈ ਰਗੜਨੀ ਹੋਵੇ, ਉਹ ਵੀ ਇੱਥੇ ਅਵੇਲੇਬਲ ਹੈ। ਇਹ ਸਾਡੇ ਚਾਚਾ ਜੀ ਨੇ, ਇਹਦੇ ਜਿਹੜਾ ਨਾਮ ਕੀ ਹੈ? ਅਬਦੁਲ ਰਹੀਮ। ਅਬਦੁਲ ਰਹੀਮ, ਅਸਲਾਮ ਵਾਲੇਕੁਮ। ਇਹ ਜੀ ਦੁਕਾਨ ਦੇ ਓਨਰ ਨੇ, ਇੱਥੇ ਮਾਸ਼ਾਅੱਲਾ ਦੀ ਆਪਣੀ ਪੋਟਰੀ ਸ਼ੋਪ ਹੈ, ਆਪ ਹੀ ਭਾਂਡੇ ਬਣਾਉਂਦੇ ਨੇ ਔਰ ਪੱਠੀ ਵੀ ਇਹਨਾਂ ਦੀ ਆਪਣੀ ਔਰ ਡਿਫਰੈਂਟ ਆਰਟ ਦੇ ਮਾਲਕ ਨੇ ਮਾਸ਼ਾਅੱਲਾ। ਬਹੁਤ ਜ਼ਿਆਦਾ ਡਿਜ਼ਾਇਨ ਇਹਨਾਂ ਕੋਲ ਹੈਗੇ ਨੇ, ਕੂਲਰ ਵੀ ਆਏ ਨੇ ਇਕਰਾਮ ਸਾਹਿਬ, ਕੂਲਰ ਵੀ ਆਏ ਨੇ ਇਹਨਾਂ ਕੋਲ ਮਿੱਟੀ ਦੇ।